ਹੁਣ ਪੰਜਾਬ ਪੁਲਿਸ ਵੀ ਥਾਣੇ 'ਚ ਵਿਆਹ ਕਰਵਾਉਣ ਲੱਗੀ ਹੈ। ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ, 3 ਦਿਨਾਂ 'ਚ ਧੂਰੀ ਪੁਲਿਸ ਨੇ ਕਰਵਾਏ 2 ਵਿਆਹ। 2 ਦਿਨ ਪਹਿਲਾਂ ਵੀ ਜ਼ਿਲ੍ਹਾ ਸੰਗਰੂਰ ਦੇ ਧੂਰੀ ਦੇ ਸਿਟੀ ਪੁਲਿਸ ਸਟੇਸ਼ਨ 'ਚ ਸ਼ਹਿਰ ਦੇ ਹੀ ਰਹਿਣ ਵਾਲੇ ਇੱਕ ਜੋੜੇ ਦਾ ਵਿਆਹ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਧੂਰੀ ਦੇ ਹੀ ਸਦਰ ਪੁਲਿਸ ਸਟੇਸ਼ਨ 'ਚ ਸੰਗਰੂਰ ਦੇ ਪਿੰਡ ਬੇਨੜਾ ਦੀ ਰਹਿਣ ਵਾਲੀ ਲੜਕੀ ਰਿੰਪੀ ਕੌਰ ਦਾ ਵਿਆਹ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਦੇ ਰਹਿਣ ਵਾਲੇ ਲੜਕੇ ਕੁਲਵਿੰਦਰ ਸਿੰਘ ਦੇ ਨਾਲ ਕਰਵਾਇਆ ਗਿਆ। ਲੜਕਾ ਲੜਕੀ ਇੱਕ ਦੂਜੇ ਨੂੰ ਪਿਛਲੇ 4 ਸਾਲ ਤੋਂ ਚਾਹੁੰਦੇ ਸਨ। ਦੋਨਾਂ ਦੀ ਮੁਲਾਕਾਤ ਇੱਕ ਵਿਆਹ ਸਮਾਗਮ ਦੌਰਾਨ ਹੋਈ ਸੀ, ਜਿਸ ਦੇ ਬਾਅਦ ਦੋਨਾਂ 'ਚ ਅਕਸਰ ਝਗੜਾ ਰਹਿਣ ਲੱਗਿਆ। ਗੱਲ ਜਾਣ ਦੇਣ ਤੱਕ ਵੱਧ ਗਈ। ਸ਼ਿਕਾਇਤ ਪੁਲਿਸ ਦੇ ਕੋਲ ਆਈ ਤਾਂ ਧੂਰੀ ਦੇ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਡਾਕਟਰ ਜਸਵੀਰ ਸਿੰਘ ਨੇ ਦੋਨਾਂ ਹੀ ਪਰਿਵਾਰਾਂ ਨੂੰ ਸਮਝਾਇਆ ਕਿ ਜੀਵਨ ਇੱਕ ਵਾਰ ਹੀ ਮਿਲਦਾ ਹੈ, ਇਸ ਨੂੰ ਖੁਸ਼ਹਾਲ ਤਰੀਕੇ ਨਾਲ ਜੀਣਾ ਚਾਹੀਦਾ ਹੈ, ਅਤੇ ਦੋਨਾਂ ਹੀ ਪਰਿਵਾਰਾਂ ਨੂੰ ਸਮਝਾਉਣ ਦੇ ਬਾਅਦ ਪੁਲਿਸ ਸਟੇਸ਼ਨ 'ਚ ਹੀ ਦੋਨਾਂ ਨੂੰ ਆਸ਼ੀਰਵਾਦ ਦੇ ਕੇ ਵਿਆਹ ਕਰਵਾ ਦਿੱਤਾ, ਜਿਸ ਤੋਂ ਬਾਅਦ ਦੋਨਾਂ ਦੇ ਘਰ ਵਾਲੇ ਬਹੁਤ ਖੁਸ਼ ਹਨ, ਜਿਸ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਵੀ ਅਦਾ ਕੀਤੀ ਗਈ। ਮੇਰਾ ਨਾਮ ਬਸੰਤ ਲਾਲ ਹੈ ਜੀ, ਪਿੰਡ ਕਾਂਜਲਾ। ਇਹ ਜੀ ਕੁੜੀ ਬੇਨੜੇ ਤੋਂ ਸੀ ਜੀ, ਮੁੰਡਾ ਅਕਲੀਏ ਤੋਂ ਸੀਗਾ ਜੀ। ਆਪਸ ਵਿੱਚ ਅੱਜ ਥਾਣੇ ਦੇ ਵਿੱਚ ਗੁੱਡੀ ਵੱਲੋਂ ਦਰਖਾਸਤ ਦਿੱਤੀ ਗਈ ਸੀ। ਉਸ ਸੰਬੰਧ ਦੇ ਵਿੱਚ ਵੱਡੇ ਇੰਸਪੈਕਟਰ ਸਾਹਿਬ ਨੇ, ਹੌਲਦਾਰ ਸਾਹਿਬ ਨੇ, ਛੋਟੇ ਥਾਣੇਦਾਰ ਸਾਹਿਬ ਨੇ ਪੂਰੇ ਪਿਆਰ ਮੁਹੱਬਤ ਨਾਲ ਦੋਹੇ ਧਿਰਾਂ ਨੂੰ ਸਮਝਾ ਕੇ ਦੋਹੇ ਧਿਰਾਂ ਪੂਰੀਆਂ ਸਮਝ ਗਈਆਂ। ਦੋਹਾਂ ਦੇ ਮਾਂ ਬਾਪ ਸੈੱਟ ਨੇ, ਦੋਵੇਂ ਬੱਚੇ ਸੈੱਟ ਨੇ, ਬਹੁਤ ਵਧੀਆ ਤਰੀਕੇ ਨਾਲ ਵਿਆਹ ਹੋ ਗਿਆ। ਇਹ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਇਸ ਤਰੀਕੇ ਨਾਲ ਇੰਸਪੈਕਟਰ ਸਾਹਿਬ, ਪੁਲਿਸ ਅਫਸਰਾਂ ਨੇ ਇਹ ਕੰਮ ਕਰਿਆ, ਇਹ ਬਹੁਤ ਸ਼ਲਾਘਾਯੋਗ ਹੈ। ਅਸੀਂ ਇਹਨਾਂ ਨੂੰ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਨਿਰਮਲ ਸਿੰਘ ਜੀ, ਕੀ ਲੱਗਦੀ ਡੈਡੀ ਜੀ, ਅੱਜ ਜਿਹੜੀ ਲੜਕੀ ਦੀ ਸ਼ਾਦੀ ਹੋਈ ਹੈਗੀ ਹੈ ਨਾ, ਕੀ ਕਹਿਣਾ ਚਾਹੁੰਦੇ? ਇਹ 4 ਸਾਲ ਦੀ ਸਰਬੰਧ ਚੱਲਦਾ ਸੀਗਾ ਇਹਨਾਂ ਦਾ ਜੀ, ਅਤੇ ਅੱਜ ਤੋਂ ਉਹਨਾਂ ਸਾਡੇ ਸਮਝੌਤਾ ਹੋ ਗਿਆ ਦੋਨੇ ਧਿਰਾਂ ਦਾ ਜੀ, ਸਾਡਾ 5 ਲੱਖਾਂ ਦੇ ਵਿੱਚ ਹੋ ਗਿਆ ਜੀ, ਵਿਆਹ ਦਾ ਹੋ ਗਿਆ ਜੀ। ਵਿਆਹ ਕਿੱਥੇ ਕਰਾਇਆ? ਧੂਰੀ, ਧੂਰੀ ਠਾਣੇ। ਆਸ਼ੀਰਵਾਦ ਦੇਦਾ ਬੱਚਿਆਂ ਨੂੰ? ਹਾਂ ਦਿੱਤਾ ਜੀ। ਖੁਸ਼ ਹੋ ਤੁਸੀਂ? ਹਾਂ ਖੁਸ਼ ਹਾਂ ਜੀ। ਵਿਕਰ ਸਿੰਘ ਹੈ ਜੀ। ਵਿਕਰ ਕਿੱਥੇ ਰਹਿਣ ਵਾਲਾ ਜੀ? ਅਕਲੀਆ ਜੀ। ਅੱਛਾ, ਮੁੰਡਾ ਕੀ ਲੱਗਦਾ ਤੁਹਾਡਾ? ਮੁੰਡਾ ਮੇਰਾ ਬੇਟਾ ਹੈਗਾ। ਅੱਜ ਬੇਟੇ ਦੀ ਜਿਹੜੀ ਸ਼ਾਦੀ ਹੋਈ ਹੈਗੀ, ਮਤਲਬ ਕਿਵੇਂ ਦੇਖਦੇ ਹੋ ਤੁਸੀਂ? ਹਾਂ ਜੀ, ਬਹੁਤ ਮਿਹਰਬਾਨੀ ਹੈ ਜੀ ਇਹਨਾਂ ਅਫਸਰਾਂ ਦੀ, ਜਿਹੜੇ ਨੇ ਇਹਨਾਂ ਨੂੰ ਦੋਨਾਂ ਬੱਚਿਆਂ ਨੂੰ ਮਿਲਾਇਆ ਹੈਗਾ। ਬਹੁਤ 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 ਸ਼ਾਬਾਸ਼ ਹੈ ਇਹਨਾਂ ਦੀ ਜੀ, ਵਧਾਈ ਚਾਹੁੰਦਾ ਹਾਂ। ਹਾਂ ਜੀ, ਹਾਂ ਹਾਂ, ਕੋਈ ਦਾਜ ਦੇ ਕੁਛ ਨਹੀਂ, ਕੋਈ ਉਹ ਇਹਨਾਂ ਨੇ ਮੰਨ ਕੇ ਹੁਕਮ ਦਿੱਤਾ ਸਾਡਾ, ਬਹੁਤ ਵਧੀਆ ਕੀਤਾ ਕੰਮ ਇਹਨਾਂ ਨੇ। ਹਾਂ ਜੀ, ਅਸੀਂ ਖੁਸ਼ ਹਾਂ। ਇਹ ਇੱਕ ਰਿੰਪੀ ਕੌਰ ਨਾਂ ਦੀ ਲੜਕੀ ਜਿਹੜੀ ਬੇਨੜਾ ਪਿੰਡ ਪੈਂਦਾ ਸਾਡੇ ਨੇੜੇ ਇੱਥੇ ਧੂਰੀ ਦੇ ਵਿੱਚ, ਅਤੇ ਉਹ ਲੜਕੀ ਦਾ ਇੱਕ ਮਾਨਸਾ ਜ਼ਿਲ੍ਹੇ ਦੇ ਲੜਕੇ ਨਾਲ, ਕੁਲਵਿੰਦਰ ਸਿੰਘ ਨਾਲ, ਆ ਇਹ ਕਿਤੇ ਸਾਂਝੇ ਵਿਆਹ 'ਚ ਇਹ ਇਕੱਠੇ ਹੋਏ ਸੀ 4 ਸਾਲ ਪਹਿਲਾਂ, ਅਤੇ ਇਹਨਾਂ ਦਾ ਆਪਸੀ ਲਵ ਅਫੇਅਰ ਹੋ ਗਿਆ ਸੀਗਾ, ਜਿਹਦੇ ਵਿੱਚ ਇਹ ਇੱਕ ਦੂਜੇ ਨੂੰ ਕਾਫੀ ਕਲੋਜ਼ ਰਹੇ, ਅਤੇ ਹੁਣ ਇਹਨਾਂ ਦਾ ਕਾਫੀ ਦੇਰ ਤੋਂ ਡਿਸਪਿਊਟ ਚੱਲ ਰਿਹਾ ਸੀਗਾ, ਤਕਰਾਰਬਾਜ਼ੀ ਚੱਲ ਰਹੀ ਸੀਗੀ। ਇਹ ਮਾਮਲਾ ਕਰੀਬ 1 ਮਹੀਨੇ ਤੋਂ ਸਾਡੇ ਧਿਆਨ 'ਚ ਆਇਆ ਹੋਇਆ ਸੀਗਾ, ਅਸੀਂ ਇਹਨਾਂ ਦੀ ਜਿਹੜੀ ਕਾਉਂਸਲਿੰਗ ਕਰਕੇ ਇਹ ਮਰਨ ਮਰਨਾਣ ਤੱਕ ਪਹੁੰਚੇ ਹੋਏ ਸੀਗੇ। ਅਸੀਂ ਇਹਨਾਂ ਨੂੰ ਜਿਹੜਾ ਜੀਵਨ ਬੜਬੁੱਲਾ ਦੱਸ ਕੇ ਕਿ ਜੀਵਨ ਬੜਬੁੱਲਾ ਹੈ ਅਤੇ ਮਰਨ ਮਰਨਾਣ 'ਚ ਕੁਛ ਨਹੀਂ ਰੱਖਿਆ, ਅਤੇ ਤੁਹਾਡਾ ਜਿਹੜਾ ਅਸੀਂ ਸਾਂਝੇ ਜਿਹੜੇ ਬੁੱਧੀਜੀਵੀ ਇਕੱਠੇ ਕੀਤੇ, ਮੋਹਤਰ ਵਿਅਕਤੀ ਦੋਨੇ ਪਾਰਟੀਆਂ ਦੇ ਇਕੱਠੇ ਕੀਤੇ, ਅਤੇ ਤਾਂ ਇਹਨਾਂ ਦੀ ਜਿਹੜੀ ਅੱਜ ਸ਼ਾਦੀ ਕਰਾਈ ਗਈ। ਇਹ 15 ਦਿਨ ਤੋਂ ਜਿਹੜਾ ਪ੍ਰੋਸੈਸ ਦੇ ਵਿੱਚ ਸੀ। ਉਹ ਜਦੋਂ ਦੋਨੇ ਪਾਰਟੀਆਂ ਦੇ ਚੰਗੇ ਬੁੱਧੀਜੀਵੀ ਵਿਅਕਤੀ ਇਕੱਠੇ ਹੋ ਗਏ ਸੀਗੇ, ਮੋਹਤਰ ਵਿਅਕਤੀ, ਉਹਨਾਂ ਦੇ ਮਾਂ ਪਿਓ ਵੀ ਨਾਲ ਆਏ ਸੀਗੇ ਦੋਨੇ ਪਾਸਿਓਂ, ਅਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਕੱਲ੍ਹ ਵੀ ਧੂਰੀ 'ਚ ਹੋਇਆ ਜੀ, ਅੱਜ ਵੀ ਸਾਡਾ ਵੀ ਇੱਥੇ ਕਰਾਇਆ ਜਾਵੇ। ਉਹਨਾਂ ਨੇ ਡਿਮਾਂਡ ਰੱਖੀ ਸੀਗੀ, ਉਹਨਾਂ ਦੀ ਡਿਮਾਂਡ ਮੁਤਾਬਕ ਅਸੀਂ ਇੱਥੇ ਹੀ ਕਰਾਇਆ, ਬਾਕੀ ਉਹ ਆਨੰਦ ਕਾਰਜ ਜਿਹੜੇ ਆਪਣੇ ਪਿੰਡ ਜਾ ਕੇ ਮਾਨਸਾ ਵਿਖੇ ਕਰਾਉਣਗੇ।
ਬਲਾਂ ਨਿਊਜ਼ ਲਈ ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ।